मशीन को रिपेयर कराना पैना, ये तो है नहीं कि अच्छे अभी आए हैं मशीन में बटन दबाया तो मशीन चालू हो। अच्छे अभी इंडस्ट्री में चालू करिए घट्टो घट नहीं तो एक ही मशीन से घट्टो घट पाँच पाँच तो दस दस हज़ार रुपया लगेगा। सरकार कही जाती कि बिजली बिल भी हूँ पूरे, असं यहाँ बिलों को कितना दे दी, जो एस ओ पीस है हिसाब से अभी कितना इंडस्ट्री चालू कर लीए, कल इंडस्ट्री इन्होंने फिर बंद कर देनी है। जो तक इंडस्ट्री नहीं चली असी लेबर ने पूरा ख्याल रखा, उन्होंने राशन भी पाया, इंडस्ट्री चलूगी तो पूरी लेबर चाहिए, लेबर तो इतनी टिकती नहीं रही। असं हम फंड्स भी दे रहे हैं, हर चीज़ दे रहे हैं, उस तो बावजूद ही साड़ी लेबर जाई है। जिस तरह की 2 महीने तो लगातार लॉकडाउन अपना चल रहा वा, अपने पूरे देश दे विच लॉकडाउन जारी आ, इस दे विच जे आपां देखिए भारी तादाद दे विच जिहड़ी अपनी होजरी इंडस्ट्री हैगी आ काफ़ी लोस चो जा रही ने, वह लगातार 2 महीने तो बंद सीगियां, ते हुण जिहड़ा कि अपने कैप्टन सरकार ने जिहड़ा फैक्ट्रियां चलाउण दा जिहड़ा डिसीजन दिता वह लेबर नूं घटा के दिता वा। आपां अज गल करदे आ होजरी इंडस्ट्री दे कुछ मालक नाल ता कि असी जान सकीए भी किस तरह वह इस समस्यावां तो जूझ रहे ने। ਸਾਨੂੰ ਇੱਦਾਂ ਜੀ ਦੇਖੋ ਇੰਡਸਟਰੀ ਨੂੰ ਤਾਂ ਬਹੁਤ ਜ਼ਿਆਦਾ ਲੋਸ ਹੋ ਰਿਹਾ ਜੀ ਇਸ ਟਾਈਮ, ਅੱਜ ਇੰਡਸਟਰੀ ਇਹਨਾਂ ਨੇ ਚਾਲੂ ਕਰਨ ਨੂੰ ਕਹਿਤਾ ਹੋਇਆ ਅਤੇ ਕੋਈ ਇਹਨਾਂ ਜਿਹੜੇ ਐਸ ਓ ਪੀਸ ਹੈਗੇ ਇਹਦੇ ਹਿਸਾਬ ਨਾਲ ਅਸੀਂ ਕਿੱਦਾਂ ਇੰਡਸਟਰੀ ਚਾਲੂ ਕਰ ਲਈਏ। ਇਹ ਕਹਿੰਦੇ ਆ ਕਿ ਅੱਜ ਅਗਰ ਕੱਲ੍ਹ ਨੂੰ ਤੁਹਾਡੀ ਇੰਡਸਟਰੀ ਦੇ ਵਿੱਚ ਇੱਕੋ ਹੀ ਬੰਦਾ ਨਿਕਲ ਜਾਂਦਾ ਪੇਸ਼ੈਂਟ ਅਤੇ ਉਸ ਦੇ ਨਾਲ ਤੁਹਾਡੀ ਇੰਡਸਟਰੀ ਨੂੰ ਟੋਟਲ ਬੰਦ ਕੀਤਾ ਜਾਊਗਾ, ਤੁਹਾਡੇ ਸਾਰੇ ਫੈਕਟਰੀ ਦੇ ਉੱਤੇ ਖਰਚੇ ਪਾਏ ਜਾਊਗੇ, ਅਤੇ ਫੈਕਟਰੀ ਉੱਤੇ ਖਰਚੇ ਪਾਏ ਜਾਊਗੇ ਤਾਂ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਕੱਲ੍ਹ ਨੂੰ ਇੰਡਸਟਰੀ ਇਹਨਾਂ ਨੇ ਫਿਰ ਬੰਦ ਕਰ ਦੇਣੀ ਹੈ, ਅਗਰ ਇੱਦਾਂ ਕੱਲ੍ਹ ਨੂੰ ਕੋਈ ਹੋ ਜਾਂਦਾ ਸਾਡੇ ਨਾਲ ਫੈਕਟਰੀ ਦੇ ਵਿੱਚ ਸਾਡੀ ਫੈਕਟਰੀ ਦਾ ਕੀ ਨੁਕਸਾਨ ਹੈਗਾ ਇਹ ਤਾਂ ਤੁਹਾਨੂੰ ਪਤਾ ਹੀ ਹੈਗਾ, ਇਸ ਬਾਰੇ ਤੁਸੀਂ ਕਦੇ ਆਪ ਦੇਖ ਸਕਦੇ ਹੋ ਕੀ ਹੋ ਸਕਦਾ। ਕੈਪਟਨ ਸਰਕਾਰ ਨੇ ਹਦਾਇਤਾਂ ਦਿੱਤੀਆਂ ਸੀਗੀਆਂ ਬਈ ਆਪਣਾ ਸੋਸ਼ਲ ਡਿਸਟੈਂਸ ਮੇਨਟੇਨਸ ਰੱਖ ਕੇ ਅਤੇ ਆਪਣੇ ਅੱਧੀ ਲੇਬਰ ਦੇ ਹਿਸਾਬ ਨਾਲ ਆਪਣੇ ਫੈਕਟਰੀ ਜਿਹੜੇ ਮਾਲਕ ਨੇ ਉਹ ਆਪਣਾ ਕੰਮ ਕਰ ਸਕਦੇ ਨੇ। ਦੇਖੋ ਜੀ ਅੱਧੀ ਲੇਬਰ ਦੇ ਨਾਲ ਤਾਂ ਇੰਡਸਟਰੀ ਚੱਲ ਨਹੀਂ ਸਕਦੀ, ਇਸ ਨੂੰ ਤਾਂ ਆਪਾਂ ਜਾਣਦੇ ਹੀ ਹਾਂ, ਅੱਧੀ ਲੇਬਰ ਨੂੰ ਅਸੀਂ ਲੈ ਕੇ ਅਸੀਂ ਇੰਡਸਟਰੀ ਕਿਸ ਹਿਸਾਬ ਨਾਲ ਚਲਾ ਲਾਂਗੇ। ਕੱਲ੍ਹ ਨੂੰ ਸਾਨੂੰ ਟਰਾਂਸਪੋਰਟੇਸ਼ਨ ਲਈ ਬੰਦੇ ਚਾਹੀਦੇ ਹੈ, ਟਰਾਂਸਪੋਰਟੇਸ਼ਨ ਗੱਡੀਆਂ ਲੋਡ ਕਰਨ ਨੂੰ ਪੂਰੇ ਬੰਦੇ ਚਾਹੀਦੇ ਹੈ, ਫੈਕਟਰੀ ਚਲਾਉਣ ਨੂੰ ਬੰਦੇ ਚਾਹੀਦੇ ਹੈ। ਅਗਰ ਅਸੀਂ ਅੱਧੀ ਲੇਬਰ ਨਾਲ ਕੰਮ ਕਿੱਦਾਂ ਲੈ ਲਵਾਂਗੇ, ਅਸੀਂ ਅੱਧੀ ਲੇਬਰ ਨਾਲ ਕੰਮ ਕਿਸੇ ਤਰੀਕੇ ਨਾਲ ਲੈ ਹੀ ਨਹੀਂ ਸਕਦੇ ਹੈਗੇ। ਇਸ ਵਾਰ ਫੈਕਟਰੀ ਦੇ ਵਿੱਚ ਵਰਕਰ ਕੰਮ ਕਰਨ ਵਾਲੇ ਨੇ ਉਹ ਭਾਰੀ ਤਾਦਾਦ ਦੇ ਵਿੱਚ ਵਾਪਸ ਚਲੇ ਗਏ ਨੇ, ਪਰ ਦੇਖਿਆ ਜਾਵੇ ਤਾਂ ਕੁਛ ਹੱਦ ਤੱਕ ਕੁਛ ਫੈਕਟਰੀ ਮਾਲਕਾਂ ਨੇ ਜਾਂ ਇੰਡਸਟਰੀ ਵਾਲਿਆਂ ਨੇ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਦੇਖੋ ਜੀ ਅਸੀਂ ਲੋਕਾਂ ਨੇ 22 ਮਾਰਚ ਨੂੰ ਲੋਕਡਾਊਨ ਲੱਗਿਆ ਸੀਗਾ ਅਤੇ ਅੱਜ ਤੱਕ ਜਦੋਂ ਤੱਕ ਇੰਡਸਟਰੀ ਨਹੀਂ ਚੱਲੀ ਅਸੀਂ ਲੇਬਰ ਨਾਲ ਪੂਰਾ ਖਿਆਲ ਰੱਖਿਆ, ਉਹਨਾਂ ਨੂੰ ਰਾਸ਼ਨ ਵੀ ਪਵਾਇਆ, ਉਹਨਾਂ ਨੂੰ ਜੋ ਅਸੀਂ ਹੈਲਪ ਕਰ ਸਕਦੇ ਆਪਣੇ ਵੱਲੋਂ ਪੂਰੀ ਹੈਲਪ ਕੀਤੀ। ਅਸੀਂ ਉਹਨਾਂ ਨੂੰ ਕਮਰੇ ਦਾ ਕਿਰਾਇਆ, ਰਾਸ਼ਨ, ਦਵਾਈਆਂ, ਹਰ ਚੀਜ਼ ਉਹਨਾਂ ਘਰ ਤੱਕ ਪਹੁੰਚਾਈਆਂ ਅਸੀਂ। ਅੱਜ ਸਾਨੂੰ ਇੰਡਸਟਰੀ ਚਲਾਉਣ ਦੀ ਛੂਟ ਦਿੱਤੀ ਗਈ, ਉੱਤੋਂ ਦੀ ਸਰਕਾਰ ਕਹਿੰਦੀ ਹੈ ਕਿ ਹਾਂਜੀ ਲੇਬਰ ਜਿਹੜੀ ਹੈਗੀ ਵਾਪਸ ਵੀ ਜਾ ਸਕਦੀ। ਲੇਬਰ ਵਾਪਸ ਚੱਲ ਜੂਗੀ ਤਾਂ ਅਸੀਂ ਇੰਡਸਟਰੀ ਕਿੱਥੋਂ ਚਲਾ ਲਾਂਗੇ, ਇੰਡਸਟਰੀ ਚੱਲੂਗੀ ਤਾਂ ਪੂਰੀ ਲੇਬਰ ਚਾਹੀਦੀ ਹੈ, ਲੇਬਰ ਤਾਂ ਇੱਥੇ ਟਿਕਦੀ ਨਹੀਂ ਪਈ, ਅਸੀਂ ਉਹਨਾਂ ਨੂੰ ਫੰਡਸ ਵੀ ਦੇ ਰਹੇ ਹਾਂ, ਹਰ ਚੀਜ਼ ਦੇ ਰਹੇ ਹਾਂ, ਉਸ ਤੋਂ ਬਾਵਜੂਦ ਵੀ ਸਾਡੇ ਲੇਬਰ ਜਾਈ ਜਾ ਰਹੀ। ਯਾਨੀ ਹਜੇ ਵੀ ਆਪਣੀ ਇੰਡਸਟਰੀ ਯਾਨੀ ਸ਼ੁਰੂ ਨਹੀਂ ਹੋ ਸਕਦੀ ਤੁਹਾਡੇ ਹਿਸਾਬ ਨਾਲ? ਸਰ ਇੰਡਸਟਰੀ ਕਿੱਥੋਂ ਸ਼ੁਰੂ ਹੋ ਜੂਗੀ, ਹਰ ਬੰਦਾ ਇਸ ਟਾਈਮ ਪੈਨਿਕ ਦੇ ਵਿੱਚ ਹੈਗਾ, ਬੰਦਾ ਸੋਚਦਾ ਵੀ ਮੈਂ ਅੱਜ ਇੰਡਸਟਰੀ ਚਲਾ ਲਵਾਂ 15 ਦਿਨ ਨੂੰ ਦੁਬਾਰਾ ਫਿਰ ਲੋਕਡਾਊਨ ਲਾ ਦੇ, ਇਹ ਜਿਹੜੀ ਇੰਡਸਟਰੀ ਹੈਗੀ ਸਾਡਾ ਸੀਜ਼ਨਲ ਕੰਮ ਹੈਗਾ, ਅੱਜ ਅਸੀਂ ਇੰਡਸਟਰੀ ਚਲਾ ਲੈਂਦੇ ਹਾਂ, ਸਾਡੀ ਇੰਡਸਟਰੀ ਕਿੱਥੇ ਖੜਦੀ ਹੈ ਸਾਨੂੰ ਇਹ ਦੱਸੋ। ਅਸੀਂ ਤਾਂ ਅੱਜ ਮਾਲ ਬਣਾ ਕੇ ਰੱਖ ਲਿਆ, 6 ਮਹੀਨੇ ਜਦ ਨੂੰ ਵਿਕਣ ਦੀ ਵਾਰੀ ਆਉਣੀ ਉਸ ਟਾਈਮ ਕੀ ਪੋਜੀਸ਼ਨ ਹੋਣੀ, ਕਿੱਥੇ ਸਰਕਾਰ ਸਾਨੂੰ ਸਾਥ ਦਿੰਦੀ ਹੈ ਕਿ ਨਹੀਂ ਦਿੰਦੀ ਹੈ ਤਾਂ ਤੁਹਾਨੂੰ ਪਤਾ ਹੈਗਾ ਹੀ ਹੈ। ਜਿਵੇਂ ਕਿ ਦੇਖਿਆ ਜਾਵੇ ਕੁਛ ਇੰਡਸਟਰੀ ਮਾਲਕ ਕੁਛ ਮਾਲ ਸਟੋਕ ਦੇ ਵਿੱਚ ਪਹਿਲਾਂ ਹੀ ਬਣਾ ਕੇ ਰੱਖ ਲੈਂਦੇ ਸੀਗੇ, ਇਸ ਤਰ੍ਹਾਂ ਦਾ ਯਾਨੀ ਤੁਹਾਡੇ ਨਾਲ ਵੀ ਕੁਛ ਇੱਦਾਂ ਦਾ? ਸਾਡੇ ਨਾਲ ਵੀ ਹੋਇਆ ਜੀ, ਅਸੀਂ ਲੋਕਾਂ ਨੇ ਵੀ ਮਾਲ ਬਣਾ ਕੇ ਅੰਦਰ ਰੱਖੇ ਸੀਗੇ, ਜਿਹੜੇ ਸਾਡੇ ਮਾਲ ਅੰਦਰ ਬਣੇ ਪਏ ਹੈਗੇ ਹੈ ਉਹ ਅੱਜ ਲਿਫਟ ਹੋ ਨਹੀਂ ਰਹੇ, ਲਿਫਟ ਨਹੀਂ ਹੋ ਰਹੇ ਤਾਂ ਸਾਡਾ ਕ੍ਰੈਡਿਟ, ਮਤਲਬ ਕਿ ਅਸੀਂ ਬਾਹਰ ਲਾਉਣਾ ਚਾਹੁੰਦੇ ਉਸ ਤੋਂ ਅਸੀਂ ਡਰਦੇ ਪਏ ਕਿ ਅਸੀਂ ਕ੍ਰੈਡਿਟ ਕਿੱਦਾਂ ਲਾ ਲਈਏ, ਕ੍ਰੈਡਿਟ ਤੋਂ ਬਿਨਾਂ ਕੋਈ ਵੀ ਤੁਹਾਨੂੰ ਪਤਾ ਕੰਮ ਚੱਲ ਨਹੀਂ ਸਕਦਾ ਅੱਜ ਡੇਟ, ਅਤੇ ਇਸ ਤੋਂ ਅਸੀਂ ਮਤਲਬ ਬੜੇ ਪੈਨਿਕ ਦੇ ਵਿੱਚ ਬੈਠੇ ਹੋਏ ਹਾਂ ਕਿ ਅੱਜ ਕ੍ਰੈਡਿਟ ਅਸੀਂ ਕਿੱਦਾਂ ਲਾ ਲਈਏ ਬਾਜ਼ਾਰ ਦੇ ਵਿੱਚ। ਜਿਵੇਂ ਕਿ ਆਪਣੀਆਂ ਇੰਡਸਟਰੀਆਂ ਬੰਦ ਪਈਆਂ ਹੋਈਆਂ, ਜੇ ਬਾਈ ਚਾਂਸ ਉਹ ਸਟਾਰਟ ਵੀ ਹੋ ਜਾਣ ਲੋਕਡਾਊਨ 31 ਮਈ ਤੱਕ ਹਟ ਜਾਵੇ ਅਤੇ ਇੰਡਸਟਰੀ ਆਪਣੀ ਸਟਾਰਟ ਹੋ ਜਾਵੇ, ਜਿਹੜੀ ਆਪਣੀ ਮਸ਼ੀਨਰੀ ਵਗੈਰਾ ਹੈਗੀ ਇਹਨੂੰ ਦੁਬਾਰਾ ਤੋਂ ਸਟਾਰਟ ਕਰਨ ਲਈ ਕੁਛ ਖਰਚੇ ਪਊਗੇ ਜਾਂ ਇਸੇ ਤਰ੍ਹਾਂ ਕੰਟੀਨਿਊ ਚਾਲੂ ਹੋ ਜਾਣਗੀਆਂ? ਸਰ ਅਗਰ ਅੱਜ ਅਸੀਂ ਇੰਡਸਟਰੀ ਨੂੰ ਚਾਲੂ ਕਰੀਏ ਘੱਟੋ ਘੱਟ ਨਹੀਂ ਤਾਂ ਇੱਕ ਇੱਕ ਮਸ਼ੀਨ 'ਤੇ ਘੱਟੋ ਘੱਟ 5-5 ਤੋਂ 10-10 ਹਜ਼ਾਰ ਰੁਪਇਆ ਲੱਗੂਗਾ, ਉਹ ਸਾਨੂੰ ਪਰ ਪੇ ਕਰਨਾ ਪੈਣਾ ਵੈ ਸਾਨੂੰ। ਦੇਖੋ ਕੋਈ ਗਰੀਸਿੰਗ ਕਰਨੀ ਪੈਣੀ, ਮਸ਼ੀਨ ਨੂੰ ਰਿਪੇਅਰ ਕਰਾਉਣਾ ਪੈਣਾ, ਇਹ ਤਾਂ ਹੈ ਨਹੀਂ ਕਿ ਅੱਜ ਅਸੀਂ ਆਏ ਹਾਂ ਮਸ਼ੀਨ ਨੂੰ ਬਟਨ ਦਬਾਇਆ ਤਾਂ ਮਸ਼ੀਨ ਚਾਲੂ ਹੈ, ਉਸ ਚੀਜ਼ ਨੂੰ ਸਾਨੂੰ ਚਾਲੂ ਕਰਨ ਲਈ, ਮੇਨਟੇਨ ਕਰਨ ਲਈ ਘੱਟੋ ਘੱਟ ਨੇ 15 ਦਿਨ ਤੋਂ 20 ਦਿਨ ਦਾ ਕੰਮ ਟਾਈਮ ਚਾਹੀਦਾ, ਉਹਦੇ ਲਈ ਸਾਨੂੰ ਪੂਰਾ ਸਟਾਫ ਚਾਹੀਦਾ ਹੈ। ਇਹ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ 25% ਲੇਬਰ ਨਾਲ ਅਸੀਂ ਕੰਮ ਕਰ ਲਈਏ, 25% ਲੇਬਰ ਨਾਲ ਅਸੀਂ ਇੰਡਸਟਰੀ ਚਾਲੂ ਹੀ ਨਹੀਂ ਕਰ ਸਕਦੇ, ਉੱਤੋਂ ਦੀ ਬਿਜਲੀ ਬਿੱਲ ਦੇ ਸਰਕਾਰ ਕਹੀ ਜਾਂਦੀ ਕਿ ਬਿਜਲੀ ਬਿੱਲ ਵੀ ਹੁਣ ਪੂਰੇ ਦਿਓ,
ਅਸੀਂ ਇਹਨਾਂ ਬਿੱਲਾਂ ਨੂੰ ਕਿੱਦਾਂ ਦੇ ਦਈਏ? ਪ੍ਰਸ਼ਾਸਨ ਵੱਲੋਂ ਬਿਜਲੀ ਦੇ ਬਿੱਲ ਲਗਾਤਾਰ ਆ ਰਹੇ ਨੇ ਅਤੇ ਉਹ ਵੀ ਤੁਹਾਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਵਾ, ਉਹਦੇ ਲਈ ਸਰਕਾਰ ਨੂੰ ਕੀ ਪ੍ਰਸ਼ਾਸਨ ਨੂੰ ਗੁਹਾਰ ਲਾਉਂਗੇ? ਅਸੀਂ ਪ੍ਰਸ਼ਾਸਨ ਨੂੰ ਇਹੀ ਗੁਹਾਰ ਲਗਾਉਂਦੇ ਕਿ ਘੱਟੋ ਘੱਟ 6 ਮਹੀਨੇ ਸਾਨੂੰ ਜਿਹੜੇ ਮਿਨੀਮਮ ਚਾਰਜਿਸ ਉਹ ਬੰਦ ਕੀਤੇ ਜਾਣ, ਅਸੀਂ ਜਿੰਨੀ ਇੰਡਸਟਰੀ ਚਲਾਉਂਦੇ ਉਨੇ ਚਾਰਜਿਸ ਅਸੀਂ ਪੇ ਕਰੀਏ। ਜਿਵੇਂ ਕਿ ਆਪਣੀ ਹੋਜ਼ਰੀ ਇੰਡਸਟਰੀ 2 ਜਾਂ 3 ਮੰਥ ਤੋਂ ਬਾਅਦ ਸਟਾਰਟ ਹੋ ਜਾਂਦੀ ਹੈ, ਜਿਹੜੇ ਆਪਣੇ ਪ੍ਰੋਡਕਟ ਨੇ ਲੇਬਰ ਘੱਟ ਕਾਰਨ ਜੇ ਆਪਾਂ ਸਟਾਰਟ ਕਰੀਏ, ਲੱਗ ਰਿਹਾ ਤੁਹਾਨੂੰ ਬਈ ਰੇਟ ਸਾਨੂੰ ਆਪਣੇ ਪ੍ਰੋਡਕਟ ਦੇ ਵਧਾਉਣੇ ਪਊਗੇ। ਸਰ ਅੱਜ ਅਸੀਂ 3 ਮਹੀਨੇ ਬਾਅਦ ਤੁਸੀਂ ਕਹਿੰਦੇ ਇੰਡਸਟਰੀ ਚਾਲੂ ਕਰਦੀ ਹੈ, ਅਗਸਤ ਵਿੱਚ ਅਗਰ ਅਸੀਂ ਅੱਜ ਇੰਡਸਟਰੀ ਚਾਲੂ ਕਰਦੇ ਹਾਂ, ਉਹਨੂੰ ਪਾਈਪ ਲਾਈਨ ਦੇ ਵਿੱਚ ਮਾਲ ਨੂੰ ਲਿਆਉਂਦੇ ਜਾਂਦੇ ਪ੍ਰੋਡਕਸ਼ਨ 'ਚ ਲਿਆਉਂਦੇ ਲਾਉਂਦੇ ਅਕਤੂਬਰ ਨਵੰਬਰ ਆ ਜਾਂਦੇ, ਹੋਜ਼ਰੀ ਦੇ ਮਾਲ ਦੇ ਵਿੱਚ ਅਕਤੂਬਰ ਨਵੰਬਰ ਜਦੋਂ ਅਸੀਂ ਪ੍ਰੋਡਕਸ਼ਨ ਕਰਕੇ ਮਾਲ ਲਿਆਵਾਂਗੇ ਤਾਂ ਅਸੀਂ ਵੇਚਾਂਗੇ ਉਦੋਂ। ਸਾਨੂੰ ਇਹਨੂੰ ਵੇਚਣ ਲਈ ਟਾਈਮ ਚਾਹੀਦਾ, ਸਾਨੂੰ ਮਾਲ ਰੈਡੀ ਕਰਨ ਲਈ ਟਾਈਮ ਚਾਹੀਦਾ, ਉਹ ਟਾਈਮ ਤਾਂ ਸਾਡੇ ਕੋਲ ਬਚਿਆ ਹੀ ਨਹੀਂ ਹੈਗਾ। ਅੱਜ ਲੇਬਰ ਸਾਰੀ ਪਿੰਡ ਚੱਲ ਗਈ, ਲੇਬਰ ਨੂੰ ਵਾਪਸ ਆਉਣ ਨੂੰ 6 ਮਹੀਨੇ 4 ਮਹੀਨੇ 5 ਮਹੀਨੇ ਪਤਾ ਨਹੀਂ ਕੀ ਲੱਗਣਾ ਵਾ, ਉਸ ਲਈ ਜਦੋਂ ਆਊਗੀ ਉਸ ਤੋਂ ਬਾਅਦ ਅਸੀਂ ਪਲੈਨਿੰਗ ਕਰਾਂਗੇ। ਤਾਂ 2020 ਤਾਂ ਸਾਨੂੰ ਲੱਗਦਾ ਪਿਆ ਕਿ ਇਸ ਸਾਲ ਕੰਮ ਕਰੀਏ ਕਿ ਨਾ ਕਰੀਏ। ਇਹ ਸੀਗੇ ਸਾਡੇ ਵਿੱਚ ਹੋਜ਼ਰੀ ਇੰਡਸਟਰੀ ਦੇ ਮਾਲਕ ਜਿਨ੍ਹਾਂ ਨੇ ਸਾਨੂੰ ਦੱਸਿਆ ਬਈ ਅਸੀਂ 2 ਮਹੀਨੇ ਤੋਂ ਜਿਹੜੀਆਂ ਆਪਣੀਆਂ ਇੰਡਸਟਰੀਆਂ ਬੰਦ ਪਈਆਂ ਨੇ, ਕਾਫੀ ਬੁਰੇ ਮੰਦਭਾਗੀ ਦੌਰ ਤੋਂ ਸਾਨੂੰ ਗੁਜ਼ਰਨਾ ਪੈ ਰਿਹਾ ਵਾ, ਅਤੇ ਸਾਡੀ ਪ੍ਰਸ਼ਾਸਨ ਨੂੰ ਆਹੀ ਗੁਹਾਰ ਆ ਬਈ ਜਿਹੜੇ ਬਿਜਲੀ ਦੇ ਬਿੱਲ ਆ ਉਹ ਘੱਟੋ ਘੱਟ ਮਾਫ਼ ਹੋਣ, ਅਤੇ ਸਾਨੂੰ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਇਹ ਲੋਕਡਾਊਨ ਚੱਲ ਰਿਹਾ ਸਾਡੀ ਹੋਜ਼ਰੀਆਂ ਜਾਂ ਇੰਡਸਟਰੀਆਂ ਚਾਲੂ ਹੋ ਪਾਣਗੀਆਂ। ਹੋਰ ਅਪਡੇਟ ਲਈ ਬਣੇ ਰਹੋ ਲਗਾਤਾਰ PB Live ਲੁਧਿਆਣਾ।